किन्ने बंदे ने अपने को आयो सारे बाहर आओ किधर अभी अंदर हो रहा है ऐ करो वीर सारे जने उठो उठो सारे कोई घाबरन की लोड़ नहीं कोई भजना नहीं कितने आराम नाल आ जाओ बाहर जिवें तुहानू पता ही है पंजाब सरकार जी नशे के खिलाफ मुहिम चल रही है जी उहदे तहत ही साडे मानयोग DGP साहब ते मानयोग SSP साहब खन्ना दे दिशा निर्देशां ते जिहड़े असीं अज्ज सडनली एक अचानक दो जिहड़े डी एडिक्शन सेंटर सीगे सस्पेक्टेड उहनां दी चैकिंग कीती जी पहला डी एडिक्शन सेंटर जिहड़ा चक माफी सानूं जिवें जानकारी मिली सीगी वी उत्थे चल रहा असीं समेत मैडिकल टीम ते जिहड़ा सिविल प्रशासन नूं नाल लै के उत्थे चैकिंग कीती जी उत्थे चैकिंग करन ते सानूं उत्थे कोई भी उत्थे व्यक्ति उत्थे हाजर नहीं मिलिया ਉੱਥੇ ਲੌਕ ਲੱਗਿਆ ਹੋਇਆ ਸੀਗਾ ਲੌਕ ਖੁਲਵਾ ਕੇ ਹੀ ਚੈੱਕ ਕੀਤਾ ਅੰਦਰ ਕੋਈ ਵੀ ਸਾਨੂੰ ਕਿ ਨਾ ਹੀ ਚੱਲਣ ਸੰਬੰਧੀ ਉਹਦੇ ਕੋਈ ਐਵੀਡੈਂਸ ਮਿਲਿਆ ਅਤੇ ਨਾ ਹੀ ਉੱਥੇ ਸਾਨੂੰ ਕੋਈ ਵਿਅਕਤੀ ਹਾਜ਼ਰ ਮਿਲਿਆ ਉਸੇ ਤਰ੍ਹਾਂ ਹੀ ਇਸੇ ਮੁਹਿੰਮ ਤਹਿਤ ਹੀ ਅਸੀਂ ਜਿਹੜਾ ਦੂਸਰਾ ਡੀ ਐਡਿਕਸ਼ਨ ਸੈਂਟਰ ਜਿਹੜਾ ਰੁਪਾਲੋਂ ਥਾਣੇ ਸਮਰਾਜ ਦੇ ਵਿੱਚ ਉੱਥੇ ਅਸੀਂ ਚੈਕਿੰਗ ਕੀਤੀ ਉੱਥੇ ਚੈਕਿੰਗ ਦੌਰਾਨ ਸਾਨੂੰ ਉਹ ਚੱਲਦਾ ਵੀ ਮਿਲਿਆ ਗਿਆ ਅਤੇ ਅਨਰਜਿਸਟਰਡ ਵੀ ਸੀਗਾ ਸੋ ਉੱਥੋਂ ਸਾਨੂੰ ਤਕਰੀਬਨ 44 ਜਿਹੜੇ ਸੀਗੇ ਪੇਸ਼ੈਂਟਸ ਮਿਲੇ ਨੇ ਉੱਥੋਂ ਅਤੇ ਉਹਨਾਂ ਦਾ ਮੈਡੀਕਲ ਪ੍ਰੀਲਿਮੀਨਰੀ ਮੈਡੀਕਲ ਕਰਕੇ ਮੈਡੀਕਲ ਟੀਮ ਸਾਡੇ ਨਾਲ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਮੈਡੀਕਲ ਕਰਕੇ ਉਹਨਾਂ ਨੂੰ ਉੱਥੇ ਜਿਹੜੇ ਫਸਟ ਏਡ ਦੇ ਕੇ ਅਤੇ ਉਹਨਾਂ ਤੋਂ ਮਤਲਬ ਕਿ ਜੋ ਅੱਗੇ ਉਹਨਾਂ ਦੀ ਕਾਰਵਾਈ ਸੀਗੀ ਉਹ ਕਰਤੀ ਆ ਇਹਨਾਂ ਦੋਨਾਂ ਜਿਹੜੇ ਮੈਡੀਕਲ ਜਿਹੜੇ ਡੀ ਐਡਿਕਸ਼ਨ ਸੈਂਟਰ ਦੇ ਚੱਲ ਇਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਮੈਡੀਕਲ ਟੀਮ ਸੀ ਉਹਨਾਂ ਵੱਲੋਂ ਇੱਕ ਡਿਟੇਲਡ ਰਿਪੋਰਟ ਦੁਬਾਰਾ ਤੋਂ ਆਪਣੇ ਸੀਨੀਅਰ ਆਫਿਸਰ ਦੇ ਥਰੂ ਸਾਨੂੰ ਭੇਜੀ ਜਾਊਗੀ ਜਿਸ ਤਰ੍ਹਾਂ ਵੀ ਉਹ ਸਾਨੂੰ ਰਿਪੋਰਟ ਦੇਣਗੇ ਉਸ ਤਰ੍ਹਾਂ ਦੀ ਅਸੀਂ ਬੰਦੀ ਕਾਰਵਾਈ ਕਰ ਦੇਵਾਂਗੇ ਸਰ ਸੁਣਨ 'ਚ ਆਇਆ ਵੀ ਉਹ ਜਿਹੜੇ ਡਰੱਗਸ ਡੀ ਸੈਂਟਰ ਨੇ ਉਹਨਾਂ ਵਿੱਚ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਜ਼ਿਆਦਾਤਰ ਕੋਈ ਇੱਦਾਂ ਦਾ ਮਾਮਲਾ ਆਇਆ ਕੋਈ ਉਹਨਾਂ ਦਾ ਮੈਡੀਕਲ ਵਗੈਰਾ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੇ ਅੱਜ ਅਸੀਂ ਦੋਨੋਂ ਚੈੱਕ ਕੀਤੇ ਆ ਜੀ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਨਸ਼ੇ ਵਾਲੀ ਗੋਲੀ ਦੇ ਸੰਬੰਧ ਦੇ ਵਿੱਚ ਤਾਂ ਕੁਛ ਆਇਆ ਨਹੀਂ ਬਟ ਇੰਨਾ ਕੁ ਜ਼ਰੂਰ ਆ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਪਹਿਲਾਂ ਸੀਗਾ ਉਹ ਤਾਂ ਚੱਲਦਾ ਹੀ ਨਹੀਂ ਸੀਗਾ ਜਿਹੜਾ ਦੂਜਾ ਸੀਗਾ ਆਪਣਾ ਉੱਥੇ ਸਾਨੂੰ ਜਿੱਥੇ ਸਾਨੂੰ 44 ਰੁਪਾਲੋਂ ਜਿਹੜੇ 44 ਵਿਅਕਤੀ ਮਿਲੇ ਆ ਉੱਥੇ ਕੋਈ ਨਸ਼ੇ ਵਾਲੀ ਗੋਲੀ ਨਹੀਂ ਮਿਲੀ ਸਾਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਹਾਂ ਡੀ ਐਡਿਕਸ਼ਨ ਦੇ ਸੰਬੰਧ ਦੇ ਵਿੱਚ ਜੇ ਕੁਛ ਮਿਲਿਆ ਹੋਇਆ ਤਾਂ ਮੈਡੀਕਲ ਟੀਮ ਨੇ ਇੰਸਪੈਕਸ਼ਨ ਕੀਤੀ ਉਹ ਸਾਨੂੰ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਡਿਟੇਲਡ ਸਾਨੂੰ ਰਿਪੋਰਟ ਦੇ ਦੇਣਗੇ ਉਸ ਤਰ੍ਹਾਂ ਦੀ ਅਸੀਂ ਕਾਰਵਾਈ ਕਰ ਦੇਵਾਂਗੇ ਸਰਕਾਰ ਵੱਲੋਂ ਕੋਈ ਇਹਨਾਂ ਦੀ ਸੀਗੀ ਇਹਨਾਂ ਕੋਲ ਲੈਟਰ ਵਗੈਰਾ ਕੋਈ ਮਾਨਤਾ ਹੈ ਨਹੀਂ ਜੀ ਇਹਨਾਂ ਕੋਲ ਕੋਈ ਰਜਿਸਟ੍ਰੇਸ਼ਨ ਸੰਬੰਧੀ ਕੋਈ ਸਰਟੀਫਿਕੇਟ ਸਾਨੂੰ ਇਹਨਾਂ ਨੇ ਨਹੀਂ ਦਿੱਤਾ ਮੌਕੇ ਤੇ ਕੋਈ ਕੇਸ ਦਰਜ ਕੀਤਾ ਜਿਵੇਂ ਤੁਹਾਨੂੰ ਦੱਸਿਆ ਸਰਕਾਰ ਦੀਆਂ ਜੋ ਰੂਲਸ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੈਡੀਕਲ ਦੇ ਜਿਹੜੇ ਸਾਡੀ ਮੈਡੀਕਲ ਟੀਮ ਬਣਦੀ ਹੈ ਡਿਸਟ੍ਰਿਕਟ ਲੈਵਲ 'ਤੇ ਇੱਕ DMC ਆਫਿਸਰ ਹੁੰਦੇ ਨੇ ਡਿਸਟ੍ਰਿਕਟ ਮੈਡੀਕਲ ਕਮਿਸ਼ਨਰ ਉਹ ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਚੱਲਦੇ ਨੇ ਇਹ ਸਾਰੇ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਨੇ ਇਹ ਜਿਹੜੇ SMO ਸਾਹਿਬ ਜਿਹੜੀ ਮੈਡੀਕਲ ਟੀਮ ਨੂੰ ਲੀਡ ਕਰ ਰਹੇ ਸੀ ਇਹ ਰਿਪੋਰਟ ਉਹਨਾਂ ਨੂੰ ਭੇਜਣਗੇ ਉਹਨਾਂ ਦੇ ਥਰੂ ਸਿਵਲ ਸਰਜਨ ਦੇ ਥਰੂ ਸਾਡੇ ਮਾਨਯੋਗ SSP ਸਾਹਿਬ ਨੂੰ ਆਊਗੀ ਅਤੇ ਜੋ ਵੀ ਸਾਨੂੰ ਉਹ ਕਾਰਵਾਈ ਲਿਖ ਕੇ ਦੇਣਗੇ ਅਸੀਂ ਕਾਰਵਾਈ ਕਰ ਦੇਵਾਂਗੇ ਸਰ ਸੁਣਨ ਵਿੱਚ ਇਹ ਵੀ ਆਏਗੀ ਨਾ ਜਿਹੜੇ ਸੈਂਟਰ ਚੱਲਦੇ ਨੇ ਉਹਨਾਂ ਵਿੱਚ ਮਾਰਕੁੱਟ ਵੀ ਹੁੰਦੀ ਹੈ ਜਿਹੜੇ ਉੱਥੇ ਨਸ਼ਾ ਛਡਾਉਂਦੇ ਹਾਂਜੀ ਜਿਹੜਾ ਇਹ ਰੁਪਾਲੋਂ ਸੀਗਾ ਉੱਥੇ ਜੇ 44 ਬੰਦਿਆਂ ਤੋਂ ਇਕੱਲੇ ਤੋਂ ਮੈਡੀਕਲ ਟੀਮ ਨੇ ਵੀ ਪੁੱਛ ਕੀਤੀ ਹੈ ਨਾਲ ਸਾਡੇ ਨਾਲ ਸਾਈਕੈਟ੍ਰਿਸਟ ਵੀ ਸੀਗੇ ਮੈਮ ਉਹਨਾਂ ਨੇ ਵੀ ਪੁੱਛਗਿੱਛ ਕੀਤੀ ਹੈ ਪਰ ਕਿਸੇ ਨੇ ਸਾਡੇ ਅਜੇ ਤੱਕ ਧਿਆਨ 'ਚ ਨਹੀਂ ਲਿਆ ਕਿ ਆਂਦਾ ਕੁੱਟਮਾਰ ਕਰਨ ਸੰਬੰਧੀ ਹੋ ਸਕਦਾ ਹੁੰਦੀ ਹੋਵੇ ਬਟ ਇਸ ਦੇ ਪਾਰਟੀਕੂਲਰ ਕੇਸ ਦੇ ਵਿੱਚ ਉਹਨਾਂ ਨੇ ਕੁਛ ਮਤਲਬ ਕਿ ਦੱਸਿਆ ਨਹੀਂ ਗਿਆ ਸਰ ਹੁਣ ਚੱਲਦਾ ਹੀ ਹੈ ਜਾਂ ਬੰਦ ਕਰਵਾ ਦਿੱਤਾ ਗਿਆ ਕਿੱਦਾਂ ਨਹੀਂ ਜੀ ਉਹ ਡੀ ਐਡਿਕਸ਼ਨ ਸੈਂਟਰ ਜਿਹੜਾ ਰੁਪਾਲੋਂ ਵਾਲਾ ਸੀਗਾ ਉਹ ਬੰਦ ਕਰਵਾ ਦਿੱਤਾ ਗਿਆ ਜਿਹੜੇ ਉੱਥੇ ਉਹਨਾਂ ਨੂੰ ਰੀਲੋਕੇਟ ਕੀਤਾ ਜਾ ਰਿਹਾ ਜਿੰਨੇ ਵੀ ਸੀਗੇ ਪੇਸ਼ੈਂਟਸ 44 ਦੇ 44 ਪੇਸ਼ੈਂਟਸ ਨਹੀਂ ਪੇਸ਼ੈਂਟ ਸਾਰੇ ਪੰਜਾਬ ਤੋਂ ਹੀ ਸੀਗੇ ਜੀ ਮਾਝੇ ਦੇ ਵੀ ਸੀਗੇ ਕੁਛ ਇੱਧਰ ਮਾਲਵੇ ਦੇ ਵੀ ਸੀਗੇ ਸਾਰੇ ਪੰਜਾਬ ਤੋਂ ਹੀ ਸੀਗੇ ਪੇਸ਼ੈਂਟਸ ਸਰ ਉਹਨੂੰ ਸਰਕਾਰੀ ਉਹਨਾਂ ਵਿੱਚ ਕਰਵਾਇਆ ਗਿਆ ਕਿ ਜਾਂ ਉਹਨਾਂ ਨੇ ਘਰੇ ਭੇਜ ਦਿੱਤਾ ਗਿਆ ਉਹ ਮੈਂ ਤੁਹਾਨੂੰ ਦੱਸਿਆ ਨਾ ਜੀ ਇਸ ਸੰਬੰਧ ਦੇ ਵਿੱਚ ਮੈਡੀਕਲ ਜਿਹੜੀ ਟੀਮ ਆ ਉਹਨਾਂ ਤੋਂ ਇਕੱਲੇ ਇਕੱਲੇ ਤੋਂ ਪੁੱਛਗਿੱਛ ਕਰਦੀ ਹੈ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਵੀ ਤੁਸੀਂ ਸਰਕਾਰੀ ਡੀ ਐਡਿਕਸ਼ਨ ਸੈਂਟਰ 'ਚ ਜਾਣਾ ਚਾਹੁੰਦੇ ਹੋ ਕੋਈ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਜਾਂ ਆਪਣੇ ਘਰ ਜਾਣਾ ਚਾਹੁੰਦੇ ਹੋ ਅਤੇ ਜ਼ਿਆਦਾਤਰ ਨੇ ਜੋ ਸਾਨੂੰ ਮੈਡੀਕਲ ਟੀਮ ਨੇ ਦੱਸਿਆ ਵੀ ਜ਼ਿਆਦਾਤਰ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਵੀ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਹਾਂ ਕਿਸੇ ਡੀ ਐਡਿਕਸ਼ਨ ਸੈਂਟਰ 'ਚ ਨਹੀਂ ਜਾਣਾ ਚਾਹੁੰਦੇ ਸੋ ਅਸੀਂ ਫੋਰਸ ਨਹੀਂ ਕਰ ਸਕਦੇ ਕਿਸੇ ਇੱਦਾਂ ਦਾ ਵੀ ਲੱਗਿਆ ਵੀ ਉਹਨਾਂ ਨੂੰ ਕੈਪਟਿਵ ਰੱਖਿਆ ਗਿਆ ਸੀ ਨਹੀਂ ਜੀ
पुछगिछ दे विच तां किसी ने नहीं दस्सिया गया। मैं तुहानूं दस्सिया नाल साइकेट्रिस्ट मैम सीगे, उन्होंने कल्ले कल्ले पेशेंट्स तों कल्ले कल्ले दा रिकॉर्ड लिया, कल्ले कल्ले दी स्टेटमेंट लिखी है। किसी ने यह नहीं जाहिर किया भी ना सानूं धक्का किया होवे, कुटमार की जां धक्के नाल कैप्टिव रख्या होवे। पैसे वध लैण दा भी कोई मामला सामने आया भी पैसे वध लै के अपने एडमिट करदे सीगे? नहीं, पैसे का तो सरकार वालों तो जी देखो कोई सरकार वालों का कोई यही हदायत है नहीं भी इन्ने पैसे लैके ही एडमिट करना। जो मतलब कि सेंटर वालों पैसे लिते जाते पैसे ले पैसे तो ले ही रहे जी, ओबियसली पैसे लैके ही दाखिल करवा रहे थे।